ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਲ ਬੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਗੀ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੋਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ ਅੱਜ 14 ਨਵੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਆਪ ਸਭ ਦੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰਿਆ ਜੀ ਮਲੋੜ ਸਟੂਡੀਓਸ ਤੋਂ ਮਿੰਟੂ ਜੀ ਨਿਗੀ ਜੀ ਆਏ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਸੇਜਨ ਸਿਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2504082722500 ਇਸ ਮੌਕੇ ਓਬਾਮਾ ਕੇਅਰ ਦੀ ਐਪਲੀਕੇਸ਼ਨਸ ਨਵੀਆਂ ਵੀ ਪਰ ਰਿਨੇ ਤੇ ਰੀਨਿਊ ਵੀ ਕਰ ਰਹੇ ਨੇ ਇਸ ਤੇ ਬਾਰੇ ਪਤਾ ਕਰ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਖਾਲ ਕਰੋ ਇਸ ਦੇ ਨਾਲ ਨਾਲ ਇੰਦਰ ਸ਼ੁਕਰ ਸਿੰਘ ਬਾਟਾ ਤੇ ਈਸ਼ਦੀਪ ਗੌਰ ਬਾਟ ਮੈਲਬਨ ਆਸਟ੍ਰੇਲੀਆ ਤੋਂ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ ਅ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਆ ਆਪਾਂ ਜੀ ਸ਼ੁਰੂ ਕਰੀਏ ਵੀ ਅਮੀਰ ਨੀਂਦ ਦੀਆਂ ਗੋਲੀਆਂ ਖਾ ਕੇ ਕਹਿੰਦੇ ਜੀ ਸੌ ਰਹੇ ਨੇ ਨਰਿੰਦਰ ਮੋਦੀ ਦਾ ਜ਼ੋਰਦਾਰ ਭਾਸ਼ਣ ਹੋਇਆ ਨੋਟ ਬੰਦੀ ਤੇ ਸਿਆਸੀ ਕਮਾਸਾਨ ਲਗਾਤਾਰ ਜਾਰੀ ਨਰਿੰਦਰ ਮੋਦੀ ਇਹ ਬੱਲੇ ਬੱਲੇ ਜੋਗਾ ਤੇ ਬੱਲੇ ਬੱਲੇ ਦੇ ਜੋਗੀ ਹੈ ਇਹ ਬੱਲੇ ਬੱਲੇ ਨੂੰ ਜਿਆਦਾ ਪੈਂਦਾ ਹੈ ਦੇਖੋ ਜਾਪਾਨ ਦੇ ਵਿੱਚ ਗਿਆ Goa ਦੇ ਵਿੱਚ ਕੱਲ ਇਹਨੇ ਭਾਸ਼ਨ ਕੀਤਾ ਸੀ ਅੱਜ ਗਾਜੀਪੁਰ ਦੇ ਵਿੱਚ ਕੀਤਾ ਪਰ ਉਸ ਤੋਂ ਪਹਿਲਾਂ ਇਹ ਜਾਪਾਨ ਦੇ ਵਿੱਚ ਗਿਆ ਇਹ ਉੱਥੇ ਵੀ ਇਹੀ ਕਲਾਕ ਸ਼ੋਅ ਕੇ ਬਹਿ ਗਿਆ ਮੈਂ ਇਹ ਕਰ ਦੂ ਮੈਂ ਆ ਕਰ ਦਿੱਤਾ ਮੈਂ ਉਹ ਕਰ ਦੂ ਜਪਾਨ ਦੇ ਵਿੱਚ ਸਾਡੀਆਂ ਉਥੇ ਆਰਥਿਕ ਨੀਤੀਆਂ ਦਾ ਜਾ ਕੇ ਇਸ ਤਰ੍ਹਾਂ ਟੰਡੋਰਾ ਪੁੱਟਣਾ ਉਹ ਸਿੱਧਾ ਸਦਾ ਇਹੋ ਇਸ਼ਾਰਾ ਕਰਦਾ ਕਿ ਨਰਿੰਦਰ ਮੋਦੀ ਮੈਂ ਤੋਂ ਸ਼ੁਰੂ ਹੋ ਕੇ ਤੇ ਮੈਂ ਤੇ ਹੀ ਸਿਮਟ ਜਾਂਦਾ ਹੂੰ ਗੋਆ ਦੇ ਵਿੱਚ ਵੀ ਕੱਲ ਇਨੇ ਇਹੋ ਜੀਆਂ ਤੱਤੀਆਂ ਠੰਡੀਆਂ ਕੀਤੀਆਂ ਅੱਜ ਗਾਜੀਪੁਰ ਦੇ ਵਿੱਚ ਗਿਆ ਗਾਜੀਪੁਰ ਵਾਰਾਨਸੀ ਦੇ ਨੇੜੇ ਆ ਯੂਪੀ ਦੇ ਵਿੱਚ ਉੱਤਰਾ ਵਿੱਚ ਚੋਣਾਂ ਜਿਹੜੀਆਂ ਨੇੜੇ ਆਉਂਦੀਆਂ ਪਈਆਂ ਉੱਥੇ ਜਾ ਕੇ ਥੋੜਾ ਜਿਹਾ ਹੋਰ ਜੋਸ਼ ਫੜ ਜਾਂਦਾ ਅੱਜ ਫਿਰ ਇਹਨੇ ਬੜੀਆਂ ਕਰਾਰੀਆਂ ਚੋਟਾਂ ਕੀਤੀਆਂ ਇਹਨੇ ਇਥੋਂ ਤੱਕ ਆਖ ਦਿੱਤਾ ਰਾਹੁਲ ਗਾਂਧੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲੈਂਚ ਲੱਗਾ ਸੀ ਇਹਨੇ ਆਖਿਆ ਵੇਖੋ ਜਿਹੜੇ ਬਹੁਤ ਵੱਡੇ ਧੰਨਾ ਸੀਟ ਸੀ ਉਹ ਲੈਣਾ ਚ ਲੱਗੇ ਫਿਰਦੇ ਆ ਜਿਹੜੇ ਗੜਬੜੀਆਂ ਕਰਦੇ ਸੀ ਨਾ ਤੇ ਨਹੀਂ ਲਿਆ ਦੂਜੀ ਗੱਲ ਇਹਨੇ ਆਖਿਆ ਇਹਨੇ ਆਖਿਆ ਅਮੀਰ ਨੀਂਦ ਵਾਲੀਆਂ ਗੋਲੀਆਂ ਲੱਭਦੇ ਪਿਆ ਤੇ ਗਰੀਬ ਚੈਨ ਦੇ ਨਾਲ ਸੌਂਰੇ ਆ ਜਿੱਦਾਂ ਦਾਸੀਂ ਆ ਕੰਮ ਕੀਤਾ ਫਿਰ ਇੱਥੇ ਵੀ ਨਹੀਂ ਟਲਿਆ ਅੱਗੇ ਜਾ ਕੇ ਨੇ ਆਖਿਆ ਅੰਦਾ ਕਿ ਮੈਂ ਜਦੋਂ ਛੋਟਾ ਹੁੰਦਾ ਚਾਹ ਬਣਾਉਂਦਾ ਸੀ ਤੇ ਜਿਹੜੇ ਗਰੀਬ ਸੀ ਉਹ ਮੈਨੂੰ ਆ ਕੇ ਕਹਿੰਦੇ ਸੀ ਕਿ ਕੜਕ ਦੀ ਚਾਹ ਪਿਆਓ મોદી ਜੀ ਹੂੰ ਕੜਕ ਜੀ ਕਹਿੰਦਾ ਕਿ ਜਿਹੜੇ ਅਮੀਰ ਹੁੰਦੇ ਸੀ ਤੇ ਮੂੰਹ ਜਾਂ ਬਣਾ ਲੈਂਦੇ ਸੀ ਕੜਕ ਤੋਂ ਇਹ ਕੜਕ ਮੇਰੀ ਜਿਹੜੀ ਚਾਹ ਹੈ ਇਹ ਅਮੀਰਾਂ ਨੂੰ ਕੌੜੀ ਲੱਗਦੀ ਹੈ ਸੋ ਉਹਦੇ ਕਹਿੰਦਾ ਮਤਲਬ ਸੀ ਕਿ ਮੈਂ ਕੜਕ ਡੋਜ਼ ਦਿੱਤੀ ਹੈ ਤੇ ਇਹ ਡੋਜ਼ ਜਿਹੜੀ ਹੈ ਉਹ ਤੰਕਰਦੀ ਪਈ ਹੈ ਕਾਂਗਰਸ ਵਾਲੇ ਹੋਏ ਬਸਪਾ ਵਾਲੇ ਹੋਏ ਜਾਂ ਕੇਜਰੀਵਾਲ ਸਾਹਿਬ ਹੋਏ ਕਿਉਂਕਿ ਇਹਨਾਂ ਨੇ ਫਰੰਟ ਖੋਲ ਦਿੱਤਾ ਇਹ ਦੇ ਖਿਲਾਫ ਨਰਿੰਦਰ ਮੋਦੀ ਦੇ ਖਿਲਾਫ ਨੋਟਬੰਦੀ ਦੇ ਮਾਮਲੇ ਤੇ ਕੱਲ ਨੂੰ ਇਹਨਾਂ ਸਾਰੀਆਂ ਧਿਰਾਂ ਦੇ ਜਿਹੜੀਆਂ ਵਿਰੋਧੀ ਧਿਰਾਂ ਆ ਖਾਸ ਤੌਰ ਤੇ ਕਾਂਗਰਸ ਹੋਈ ਜਾਂ ਬਹੁਜਨ ਸਮਾਜ ਪਾਰਟੀ ਹੋਈ ਮਮਤਾ ਬੇਨਰਜੀ ਹੋਈ ਅਰਵਿੰਦ ਕੇਜਰੀਵਾਲ ਹੋਈ ਇੱਕ ਦਿਲਚਸਪ ਗੱਲ ਇਹ ਹੈ ਕਿ ਲਾਲੂ ਪ੍ਰਸਾਦ ਯਾਦਵ ਨਰਿੰਦਰ ਮੋਦੀ ਦੇ ਇਸ ਮੁੱਦੇ ਤੇ ਵਿਰੋਧ ਚ ਖੜਾ ਤੇ ਉਹਦਾ ਉਥੋਂ ਦਾ ਸੱਤਾ ਭਾਈਵਾਲ ਹੈ ਜਿਹੜਾ ਨਿਤਿਸ਼ ਕੁਮਾਰ ਉਹ ਕਹਿੰਦਾ ਜੀ ਇਹ ਬਹੁਤ ਚੰਗਾ ਕੰਮ ਕੀਤਾ ਇਸੇ ਤਰ੍ਹਾਂ ਠਾਕਰੇ ਲਾਣਿਆਂ ਦੇ ਵਿੱਚੋਂ ਇੱਕ ਭਰਾ ਉਧਰ ਖੜਾ ਇੱਕ ਮੋਦੀ ਦੇ ਵਿਰੋਧ ਚ ਖੜਾ ਜਿਹੜੇ ਇਹਨਾਂ ਦੇ ਅਲਾਈਂਸ ਦੇ ਵਿੱਚ ਉੱਧ ਉਠਿਆ ਕਰੇ ਹੋਰੀ ਉਹ ਇਹਦੇ ਵਿਰੋਧ ਚ ਖੜੇ ਆ ਹੂੰ ਸੋ ਬਹੁਤ ਦਿਲਚਸਪ ਜੀ ਇੱਥੇ ਸਾਰੀ ਤਸਵੀਰ ਬਣਦੀ ਜਾਂਦੀ ਖਾਸ ਤੌਰ ਤੇ ਸਿਆਸੀ ਮੌਜ ਤੇ ਕਿਉਂ ਕਿਉਂ ਪਹਿਲਾਂ ਉਹਨਾਂ ਨੇ ਵੇਖਿਆ ਅਰਵਿੰਦ ਕੇਜਰੀਵਾਲ ਹੋਰਾ ਮੰਮਤਾ ਬੈਨਰਜੀ ਹੋਰਾ ਸਾਰਾ ਵੇਖਿਆ ਕਿ ਕਿਤੇ ਅਸੀਂ ਇਹ ਨਾ ਹੋਵੇ ਕਿ ਅਸੀਂ ਪਹਿਲਾਂ ਕੋਈ ਇਹੋ ਜੀ ਛੇੜਛਾੜ ਬੈਠੀਏ ਜਿਹੜੀ ਸਾਨੂੰ ਘਟੇਬੰਦੀ ਹੋਵੇ ਉਹਨਾਂ ਨੇ ਵੇਖਿਆ ਜਦੋਂ ਲੋਕਾਂ ਦੇ ਵਿੱਚ ਅਫਰਾ ਤਫਰੀ ਮੱਚੀ ਜਦੋਂ ਲੋਕ ਪਰੇਸ਼ਾਨ ਹੋਣਾ ਸ਼ੁਰੂ ਹੋ ਗਏ ਫਿਰ ਉਹਨਾਂ ਨੂੰ ਵੀ ਲੋਕ ਇਹ ਜਾਗ ਪਿਆ ਉਹ ਕਤਾਰਾਂ 'ਚ ਲੱਗ ਪਏ ਆ ਸਾਡਾ ਕੈਪਟਨ ਵੀ ਕੱਲ ਬਟਿੰਡੇ ਦੇ ਵਿੱਚ ਖੜਾ ਰਿਹਾ ਉੱਥੇ ਇੱਕ ਲਾਈਨ ਦੇ ਵਿੱਚ ਲੱਗ ਕੇ ਨੋਟ ਵਿੰਦਾ ਰਿਹਾ ਕਿ ਲੋਕ ਖੜਦੇ ਕਿਵੇਂ ਆ ਤੇ ਕੰਮ ਕਿਵੇਂ ਲੋਟ ਆਉਂਦਾ ਤੇ ਨੋਟ ਹੱਥ ਕਿਵੇਂ ਆਉਂਦਾ ਸਾਰਾ ਕੁਝ ਵੇਖ ਕੇ ਗਿਆ ਵਾ ਇਹ ਜਦੋਂ ਉਹਨਾਂ ਨੇ ਵੇਖਿਆ ਕਿ ਲੋਕਾਂ ਨੂੰ ਪਰੇਸ਼ਾਨੀਆਂ ਬਹੁਤ ਹੋ ਰਹੀਆਂ ਤਾਂ ਉਹਨਾਂ ਪਰੇਸ਼ਾਨੀਆਂ ਤੇ ਹੁਣ ਇਹਨਾਂ ਨੇ ਸਿਆਸੀ ਮੰਡੀਆਂ ਤਲੀਆਂ ਸ਼ੁਰੂ ਕਰ ਦਿੱਤੀਆਂ ਇਹ ਅੱਲ ਨੂੰ ਕਰ ਰਹੇ ਆ ਸਿਆਸੀ ਧਿਰਾਂ ਦੀ ਜਿਹੜੀ ਪਾਰਟੀ ਹੈ ਇਹਨਾਂ ਦੀ ਵਿਰੋਧੀ ਪਾਰਟੀਆਂ ਜਿੰਨੀਆਂ ਉਹਨਾਂ ਦੀ ਇੱਕ ਮੀਟਿੰਗ ਕਰਦੇ ਪਏ ਉੱਥੋਂ ਕੋਈ ਫੈਸਲਾ ਲੈਣਗੇ ਅਰਵਿੰਦ ਕੇਜਰੀਵਾਲ ਨੇ ਕੱਲ ਹੰਗਾਮੀ ਸੈਸ਼ਨ ਬੁਲਾ ਲਿਆ ਐਸੈਂਬਲੀ ਦਾ ਉੱਤੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਬੰਦਾ ਹੈ ਹੋ ਸਕਦਾ ਉਹਦੇ ਵਿੱਚ ਵੀ ਕੋਈ ਮਤਾਜ ਇਹੋ ਜਿਹਾ ਕਾਡ ਕੱਢ ਦੇਵੇ ਕਿ ਜਿਹੜੀ ਉਥੇ ਵੱਡਾ ਆਡਾ ਜਿਹੜਾ ਵਿੱਡ ਦੇਵੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਵੀ ਬੁਲਾ ਲਿਆ ਸਾਰੇ ਆਪਣੇ ਵਲੰਟੀਅਰਸ ਨੂੰ ਕਿ ਭਾਈ ਜਿੱਥੇ ਜਿੱਥੇ ਲਾਈਨਾਂ ਆ ਰਹੀਆਂ ਤੁਸੀਂ ਉਥੇ ਚਾਹ ਦਾ ਹੋਰ ਲੰਗਰ ਜਾਂ ਹੋਰ ਰਸਦ ਪਾਣੀ ਦਾ ਤੁਸੀਂ ਇੰਤਜ਼ਾਮ ਕਰੋ ਲੋਕੀ ਬਹੁਤ ਪਰੇਸ਼ਾਨ ਨੇ ਸੋ ਇਹ ਸਾਰਾ ਕੁਝ ਹੋ ਰਿਹਾ ਹੈ ਵਿਰੋਧੀ ਧਿਰਾਂ ਸਿਆਸਤ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਸਿਆਸੀ ਮਫਾਦ ਹੈ ਜਿਹੜੇ ਉਹ ਹੁਣ ਕਤਾਰਾਂ ਦੇ ਵਿੱਚ ਖੜੇ ਉਹਨਾਂ ਨੂੰ ਦਿਸਦੇ ਆ ਤੇ ਉਹਨਾਂ ਨੂੰ ਕੈਸ਼ ਕਰਨ ਦੀ ਇੱਕ ਹੋੜ ਲੱਗੀ ਆ ਕੱਲ ਨੂੰ ਉਹ ਰਣਨੀਤੀ ਉਲਿੱਕਣਗੇ ਇਹ ਅੱਗੇ ਜਾ ਕੇ ਮਸਲਾ ਜਿਹੜਾ ਉਸ ਜਿਹੜਾ ਹੁਣ ਸਾਡਾ ਇੱਥੋਂ ਦਾ ਸਰਦ ਰੁੱਤ ਦਾ ਸੈਸ਼ਨ ਹੋਣਾ ਉਹਦੇ ਵਿੱਚ ਵੀ ਇਹ ਪੂਰਾ ਹੰਗਾਮੇ ਖੇਸ ਰਹਿਣ ਦੀ ਉਮੀਦ ਹੈ ਤੇ ਜੇ ਪਾਸੇ ਜਿਹੜਾ ਇਥੋਂ ਗਿਆ ਵਾ ਸਾਡੇ ਆਰਬੀਆ ਆਰਬੀਆ ਦਾ ਗਵਰਨਰ ਰਗੂਨਾਥ ਰਾਜਨ ਉਹਨੇ ਵੀ ਆਲੋਚਨਾ ਕੀਤੀ ਹੈ ਇਸ ਸਾਰੀ ਪਾਲਿਸੀ ਦੀ ਉਹ ਕਹਿੰਦਾ ਕਿ ਇਹ ਜਿਹੜੇ ਲੋਕ ਹੁੰਦੇ ਨਾ ਚਲਾਕ ਲੋਕ ਉਹ ਰਸਤੇ ਪਹਿਲਾਂ ਰੱਖ ਲੈਂਦੇ ਆ ਬਖੈਰ ਇਹ ਸਾਰੇ ਪਾਸੇ ਇਹੋ ਹੀ ਚਰਚਾ ਆ ਕੋਈ ਇਹਨੂੰ ਚੰਗਾ ਕਹਿ ਰਿਹਾ ਕੋਈ ਇਹਨੂੰ ਮਾੜਾ ਕਹਿ ਰਿਹਾ ਪਰ ਕੁੱਲ ਮਲਾਕੇ ਜੇ ਵਖੀਏ ਤਾਂ ਨਰਿੰਦਰ ਮੋਦੀ ਸਾਹਿਬ ਜਿਵੇਂ ਕਹਿੰਦੇ ਆ ਕਿ ਅਮੀਰ ਗੋਲੀਆਂ ਖਾ ਕੇ ਸੌਂਦੇ ਅੱਜਕੱਲ ਤੇ ਗਰੀਬ ਚੈਨਲ ਸੌ ਜਾਂਦੇ ਆ ਮੇਰੇ ਖਿਆਲ ਦੇ ਨਾਲ ਆ ਗਰੀਬ ਆ ਜਿਹੜੇ ਉਹਨਾਂ ਨੂੰ ਨੀਂਦ ਦੀਆਂ ਗੋਲੀਆਂ ਦੀ ਲੋੜ ਜ਼ਿਆਦੀ ਪੈ ਰਹੀ ਆ ਥੱਕ ਟੁੱਟ ਕੇ ਆਉਂਦੇ ਆ ਸ਼ਾਮ ਨੂੰ ਜਵਾਬ ਮਿਲ ਜਾਂਦਾ ਕਿ ਕੈਸ਼ ਮੁੱਕ ਗਿਆ ਸਵੇਰ ਤੋਂ ਖੜੇ ਵਾਰੀ ਨੇ ਆਉਂਦੀ ਜੇ ਵਾਰੀ ਆਉਂਦੀ ਤੇ ਕਹਿੰਦੇ ਕੈਸ਼ ਮੁੱਕ ਗਿਆ ਘਰੇ ਆ ਕੇ ਫਿਰ ਟੈਨਸ਼ਨ ਹੈ ਕਿ ਤੜਕੇ ਜਾ ਕੇ 4 ਵਜੇ ਫਿਰ ਬੈਂਕ ਤੇ ਕੀ ਖੜਨਾ ਹੈ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਕੋਈ ਐਲਪ੍ਰੈਕਸ ਕੋਈ ਇਹੋ ਜੀ ਲਾਰਪੋਜ਼ ਉਹਨਾਂ ਨੂੰ ਲੈਣੀ ਪੈਂਦੀ ਹੈ ਅਮੀਰ ਤੇ ਘਰਾੜੇ ਮਾਰਦੇ ਆ ਕਿ ਕੋਈ ਗੱਲ ਨਹੀਂ ਫੜਿਆ ਗਿਆ ਤੇ ਫਿਰ ਕੀ ਹੋਇਆ ਜੇ ਨਹੀਂ ਤੇ ਸਾਰੀ ਜਾਣਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕੋਈ ਫਿਕਰਫਕਾ ਨਹੀਂ ਹੈ ਪਰ ਇਧਰ ਜ਼ਿਆਦਾ ਫਿਕਰ ਹੈ ਦੂਜੀ ਗੱਲ ਹੈ ਕਿ ਇਸ ਮਾਮਲੇ 'ਚ ਜਿਸ ਤਰ੍ਹਾਂ ਦੀ ਹੁਣ ਸਿਆਸੀ ਖਿੱਚੋਤਾਣ ਜੀ ਚੱਲ ਪਈ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅੱਗੇ ਚੱਲ ਕੇ ਇਹ ਮੈਨੂੰ ਲੱਗਦਾ ਕਿ ਇਹਨਾਂ ਦਾ ਸਿਆਸੀ ਇਟ ਖੜਕਾ ਬਹੁਤ ਤੇਜ਼ ਹੋ ਜਾਏਗਾ ਹੁਣ ਬਲੇ ਦਿਨ ਅੱਜ ਹੂੰ ਜੀ 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 ਆਤੇ ਮਿੰਟੂ ਜੀ ਅੱਗੇ ਬਾਤਾਂ ਅਗਲੀ ਗੱਲਬਾਤ ਹੈ ਜੇ ਆਪਾਂ ਖਰੀਬੀ ਇੰਦਰ ਨੋਟਾਂ ਪਿੱਛੇ ਦੌੜ ਰਹੇ ਲੋਕਾਂ ਨੂੰ ਇੱਕ ਦਿਨ ਦਾ ਕਹਿੰਦੇ ਜੀ ਬ੍ਰੀਕ ਮਿਲਿਆ ਬਾਬੇ ਨਾਨਕ ਨੇ ਦਿੱਤਾ ਜੀ ਬ੍ਰੀਕ ਅੱਜ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਸੀ ਉਹਦੇ ਕਰਕੇ ਛੁੱਟੀ ਸੀ ਤੇ ਲੋਕਾਂ ਨੂੰ ਰੈਸਟ ਮਿਲ ਗਈ ਬਾਬੇ ਨਾਨਕ ਨੇ ਮੁਸੀਬਤ ਦੇ ਵਿੱਚ ਇਹਨਾਂ ਦੀ ਵੀ ਸਹਾਇਤਾ ਕੀਤੀ ਹੈ ਕਿਉਂਕਿ 2-3 ਦਿਨ ਲੈਣਾ ਚ ਲੱਗੇ ਰਹੇ ਬੁਰੀ ਉੱਥੇ ਹੋਈ ਆ ਕਿਤੇ ਲਾਠੀ ਚਾਰਜ ਆ ਕਿਤੇ ਆ ਸਾਡੇ ਮਮਦੂਤ ਦੇ ਵਿੱਚ ਇੱਕ ਕਰਦੇ ਸ਼ਰੀਮ ਚਪੀੜਾ ਮਾਰਕਤੀਆਂ ਆਪਣੇ ਬੈਂਕ ਦੇ ਬਾਹਰ ਲਾਈਨ ਲੱਗੀ ਦੇ ਵਿੱਚ ਇੱਕ ਗਾਹਕ ਦੇ ਉਹਨੇ ਚਪੀੜਾ ਮਾਰਕਤੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਆ ਮੈਂ ਅੱਜ ਦੇਖਦਾ ਪਿਆ ਸੀਗਾ ਕਿ ਇੱਕ ਪਤਨੀ ਹੈ ਜਿਹੜੀ ਲਾਈਨ 'ਚ ਲੱਗ ਕੇ ਸ਼ਾਮੀ ਗਈ ਘਰ ਖਾਲੀ ਪਰਤੀ ਤੇ ਉਹਦੇ ਪਤੀ ਨੇ ਚੱਕ ਕੇ ਉਹਨੂੰ ਕਤਲ ਕਰ ਦਿੱਤਾ ਇੱਕ ਇੱਕ ਥਾਂ ਤੇ ਦੋ ਮੰਜ਼ਲ ਤੋਂ ਡਿੱਗ ਪਿਆ ਕੇਰਲ ਦੇ ਵਿੱਚ ਸ਼ਾਇਦ ਉਹ ਮਰ ਗਿਆ ਉੱਥੇ ਵਿਅਕਤੀ 175 ਸਾਲ ਦਾ ਬਿਹਾਰ ਦੇ ਵਿੱਚ ਹਾਰਟ ਐਟੈਕ ਦੇ ਨਾਲ ਅੱਜ ਮਰ ਗਿਆ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਨੇ ਬਹੁਤ ਸਾਰੀਆਂ ਘਟਨਾਵਾਂ ਵੀ ਘਟ ਰਹੀਆਂ ਨੇ ਪਰ ਦਿਲਚਸਪ ਘਟਨਾਵਾਂ ਵੀ ਘਟ ਰਹੀਆਂ ਅੱਜ ਕਰਨਾਟਕ ਦੇ ਵਿੱਚ ਇੱਕ ਟਰੱਕ ਪਲਟਿਆ ਤੇ ਲੋਕਾਂ ਨੇ ਜਦੋਂ ਕੋਲ ਜਾ ਕੇ ਵੇਖਿਆ ਤੇ ਟਰੱਕ ਦੇ ਬਾਹਰ ਨੇੜੇ ਤੇੜੇ ਹਜ਼ਾਰ ਤੇ 500 ਦੀਆਂ ਗੁੱਟੀਆਂ ਡਕੀਆਂ ਪਈਆਂ ਸਨ ਜਦੋਂ ਪੁਲਿਸ ਨੂੰ ਬੁਲਾ ਕੇ ਤਲਾਸ਼ੀ ਲਈ ਗਏ ਤੇ ਸਾਰਾ ਟਰੱਕ ਇਹ ਜਿਹੜਾ ਨੋਟਾਂ ਦੇ ਨਾਲ ਐਨ ਤਨ ਕੇ ਭਰਿਆ ਹੋਇਆ ਸੀ ਤੂੜ ਕੇ ਨੋਟ ਪਾਏ ਗਏ ਸਨ ਤੇ ਟਰੱਕ ਵਾਲੇ ਜਦ ਟਰੱਕ ਵਾਲੇ ਜਦੋਂ ਕਾਬੂ ਕੀਤੇ ਗਏ ਕਹਿੰਦੇ ਬੌਜੀ ਅੱਠ ਟਰੱਕ ਹੋਰ ਸੀ ਨੌ ਪਰਕੇ ਤੁਰੇ ਉਹਨਾਂ ਨੇ ਨੌ ਟਰੱਕ ਨੂੰ ਕਹਿੰਦੇ ਕਿ ਜਿੱਥੇ ਜਿੱਥੇ ਸੂਤ ਲੱਗਦਾ ਹੈ ਇਨਾਂ ਨੂੰ ਲਾਓ ਕਿੱਥੇ ਵੀ ਸੂਤ ਲੱਗਦਾ ਕੋਈ ਪਾਣੀ ਆ ਜਾਂ ਕਿਤੇ ਵੀ ਖਾਈ ਦੀਦੀ ਹੈ ਸਿੱਟਕਿਤ ਕੰਮ ਤਮਾਮ ਕਰੋ ਹੁਣ ਉਹ ਪਤਾ ਨਹੀਂ ਕੀਦੇ ਹੈ ਕੀ ਅੱਗੇ ਅੱਗੇ ਦੀ ਕਹਾਣੀ ਹੈ ਪਰ ਟਰੱਕਾਂ ਦੇ ਨਾਲ ਵੀ ਨੋਟ ਹੈ ਜਿਹੜੇ ਉਹ ਇੱਕ ਤੋਂ ਦੂਜੀ ਥਾਂ ਤੇ ਪਹੁੰਚਾਏ ਜਾ ਰਹੇ ਆ ਸਾਡੇ ਇੱਥੇ ਲੁਧਿਆਣੇ ਦੇ ਵਿੱਚ ਵੀ ਦੱਸਦੇ ਅੱਜ 5 ਕਰੋੜ ਇੱਕ ਤੋਂ ਫੜਿਆ ਗਿਆ ਇੱਕ ਤੋਂ ਮਾਨਸੇ ਫੜਿਆ ਗਿਆ ਸੀਗਾ ਪਰਸੋਂ 1 ਕਰੋੜ ਰੁਪਈਆ ਬਹੁਤ ਵੱਡੀਆਂ ਵੱਡੀਆਂ ਰਕਮਾਂ ਜਿਹੜੀਆਂ ਫੜੀਆਂ ਜਾ ਰਹੀਆਂ ਇਸ ਕੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤਕਲੀਫ ਡਾਡੀ ਹੈ ਲੋ ਕਰਨ ਨੂੰ ਪਰ ਜਦੋਂ ਇਸ ਤਰ੍ਹਾਂ ਦੇਖਦੇ ਆ ਕਿ ਚੋਰਾ ਨੂੰ ਭਜੜਾ ਪਈਆ ਫਿਰ ਸਕੂਨ ਵੀ ਮਿਲਦਾ ਥੋੜਾ ਜੀ ਇਹ ਠੀਕ ਆ ਅੰਕੜਾ ਨੇ ਠੀਕ ਆ ਮੁਸ਼ਕਲਾਂ ਨੇ ਠੀਕ ਆ ਬਹੁਤ ਸਾਰੀਆਂ ਜ਼ਿਲਤਾਂ ਚੱਲਣੀਆਂ ਪੈਰੀਆਂ ਪਰ ਫਿਰ ਵੀ باوجود ਇਸ ਦੇ ਇੱਕ ਉਮੀਦ ਹੈ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਚੋਰਾਂ ਦੇ ਵਿੱਚ ਬੇਚੈਨੀ ਆ ਇਸ ਕੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਸਤਦਾਨ ਆ ਜਿਹੜੇ ਉਹ ਹਰੇਕ ਮੁੱਦੇ ਤੇ ਆਪਣੀ ਸਿਆਸਤ ਉਹਨਾਂ ਦੀ ਕਰਨੀ ਉਹ ਉਹਨਾਂ ਦੇ ਆਪਣੇ ਕਰਮ ਆ ਪਰ ਦੂਜੇ ਪਾਸੇ ਜੇ ਆਜ਼ਾਦ ਸੋਚ ਦੇ ਨਾਲ ਸੋਚੀਏ ਕਿ ਠੀਕ ਆ ਇਹਨਾਂ ਦੀ ਤਿਆਰੀ ਤੇ ਅਸੀਂ ਲੱਖ ਸਵਾਲ ਖੜੇ ਕਰ ਸਕਦੇ ਆ ਲੱਖ ਸਵਾਲ ਇਸ ਤਰ੍ਹਾਂ ਇੱਕੇ ਨਾਲ ਖੜੇ ਹੁੰਦੇ ਆ ਕਿ ਜਿੱਥੇ ਵੀ ਬੈਂਕ ਦੇ ਅੱਗੇ ਕਤਾਰ ਲੱਗੀ ਹੈ ਉੱਥੇ ਜਿੰਨੇ ਵੀ ਸ਼ਖਸ ਖੜੇ ਆ ਉਹਨਾਂ ਦੇ ਹਰੇਕ ਦੀ ਇੱਕ ਆਪਦੀ ਸਮੱਸਿਆ ਹੈ ਅਸੀਂ ਕਹਿ ਸਕਦੇ ਕਿ ਲੱਖਾਂ ਸਵਾਲ ਖੜੇ ਕੀਤੇ ਜਾ ਸਕਦੇ ਆ ਏਟੀਐਮ ਦੇ ਵਿੱਚ ਅੱਜ ਤੱਕ ਵੀ ਪੈਸੇ ਨਹੀਂ ਆਏ ਏਟੀਐਮ ਹਾਲੇ ਵੀ ਬਹੁਤੇ ਆ ਜਿਹੜੇ ਜਿਵੇਂ ਕਹਿੰਗੇ ਪੂਰੀ ਤਰ੍ਹਾਂ ਚੱਲੂ ਨਹੀਂ ਹੋਏ ਜੇ ਕਿਤੇ ਆਉਂਦਿਆ ਵੀ ਹੈ ਕੈਸ਼ ਘੰਟੇ ਦੋ ਘੰਟੇ ਚ ਖਤਮ ਹੋ ਜਾਂਦਾ ਬੈਂਕਾਂ ਦੇ ਵਿੱਚ ਬਹੁਤ ਸਾਰਾ ਕੰਮ ਆ ਅੱਜ ਬੈਂਕ ਦੇ ਹੋਰ ਵੀ ਕਰਮਚਾਰੀ ਹైదరాబాద్ ਦੇ ਵਿੱਚ ਫੜੇ ਗਏ ਜਿਹੜੇ ਬਿਨਾ ਕੋਈ ਪਛਾਣ ਪੱਤਰ ਲੈ ਕੇ ਬਿਨਾ ਕਿਸੇ ਲਿਖਤ ਪੜਤ ਤੇ ਪੈਸੇ ਵਟਾ ਕੇ 6 ਲੱਖ ਰੁਪਇਆ ਕੈਸ਼ ਵਟਾਈ ਜਾਂਦੇ ਸੀ ਬੈਂਕਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਵੀ ਤੰਦਲੀਆਂ ਸਾਹਮਣੇ ਆ ਰਹੀਆਂ ਨਹੀਂ ਜੋ ਬੈਂਕ ਮੈਨੇਜਰ ਜਾਂ ਜਿਹੜੇ ਹੋਰ ਦੂਜੇ ਤੇ ਜੇ ਸਾਡੇ ਪੰਜਾਬ ਦੇ ਵਿੱਚ ਵੀ ਸ਼ਿਕਾਇਤਾਂ ਨੇ ਕਿ ਉਹ ਸਿੱਧਾ ਵਾਜਾ ਮਾਰਦੇ ਪਏ ਕਿ ਆਓ ਦੱਸੋ ਕਿੰਨਾ ਪੈਸਾ ਚਾਹੀਦਾ ਤੁਹਾਨੂੰ ਅਸੀਂ ਚੇਂਜ ਕਰਕੇ ਦੇਨੇ ਆ ਪਰ ਉਹਦੇ ਚੋਂ ਸਾਡਾ ਇਨਾ ਤੇ ਤੁਹਾਡਾ ਇਨਾ ਸੋ ਸੌਦੇ ਬਾਜ਼ੀਆਂ ਵੀ ਹੋ ਰਹੀਆਂ ਦਲਾਲ ਸ਼ਰੇ ਆਮ ਜਿਹੜੇ ਆ ਉਹ ਕਾਟਾਂ ਸ਼ਾਟਾਂ ਲਾ ਕੇ ਜਿੱਤਾ ਵੀ ਦਾ ਲੱਗਦਾ ਹੈ ਨਾ ਇਸ ਵਗਦੀ ਗੰਗਾ ਚ ਹੱਥ ਤੋਣ ਦੇ ਉਹ ਲਈ ਜਾਂਦਾ ਪਰ ਫਿਰ ਵੀ باوجود ਇਸ ਦੇ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦਾ ਹੁਣ ਹੁਣ ਤੱਕ ਜੋ ਦ੍ਰਿਸ਼ ਬਣਿਆ ਉਹਦੇ ਚੋ ਜਾਂਦਾ ਇਹ ਆ ਕਿ ਮਸਲਨ 10% ਵੀ ਜੇ ਅਸੀਂ ਫੇਕ ਕਰੰਸੀ ਵੇਖ ਕੇ ਚੱਲੀਏ ਲੈ ਕੇ ਚੱਲੀਏ ਜਿਹੜੀ ਹੁਣ ਬਿਲਕੁਲ ਖਤਮ ਹੋ ਗਈ ਆ ਬਿਲਕੁਲ ਉਹਨੂੰ ਕਹਿ ਸਕਦੇ ਆ ਕਿ ਉਹ ਮਾਰਕੀਟ ਦੇ ਵਿੱਚੋਂ ਆਊਟ ਹੋ ਗਈ ਹੈ 10% ਦਾ ਵਿਲਾਈਅਤ ਸਾਡੇ ਇੱਥੇ ਜੇ ਮੁਦਰਾ ਵਿਸਾਰ ਦਾ ਅੰਕੜਾ ਜੇ ਤਾਂ ਉਹ ਬਣਦਾ ਹੈ ਲਗਭਗ 18 ਲੱਖ ਕਰੋੜ ਜਿਹੜਾ سرمਾਇਆ ਸਰਕੂਲੇਟ ਹੈ ਸਾਡੇ ਇੰਡੀਆ ਦੇ ਵਿੱਚ ਉਹਦਾ 10% ਤੁਸੀਂ ਆਪ ਹੀ ਕੱਢ ਲਓ ਕਿੰਨਾ ਬਣਦਾ ਹੈ 10% ਤੇ ਜਿਹੜੀ ਬਲੈਕ ਮਨੀ ਉਹ ਖਤਮ ਹੋ ਗਈ ਤੇ ਜੇ ਇੱਕ ਅੱਧ ਪਰਸੈਂਟ 18 ਲੱਖ ਕਰੋੜ ਦੇ ਵਿੱਚੋਂ ਇੱਕ ਅੱਧ ਪਰਸੈਂਟ ਜਿਹੜਾ ਕੋਈ ਹੋਰ ਲਾ ਲਈਏ ਕੋਈ 1 2 4% ਕਾਲੇ ਧਨ ਦਾ ਉਹ سرمਾਇਆ ਬਾਹਰ ਆ ਗਿਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੰਨਾ ਨੂੰ ਕੀਤਾ ਹੀ ਕਿੰਨਾ ਨੂੰ ਜਿਹੜਾ ਉਹ ਜੋੜ ਲਵੇਗਾ ਪਰ ਇਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਹੁਣ ਨਰਿੰਦਰ ਮੋਦੀ ਨੇ ਇੱਕ ਦਬਕਾ ਜਾਂ ਤੇ ਮਾਰਿਆ ਵੈਸੇ ਦਬਕਾ ਮਾਰ ਤੇ ਦਿੰਦਾ ਤੇ ਕਈ ਵਾਰ ਉਹਦੇ ਦਬਕੇ ਸਵਾਲ ਵੀ ਖੜੇ ਕਰ ਦਿੰਦੇ ਅੱਜ ਕਹਿੰਦੇ ਆ ਸੀਗਾ ਕਿ ਅਸੀਂ ਅਸੀਂ ਹੁਣ ਅੱਗੇ ਜਾ ਕੇ ਰੁਕਾਂਗੇ ਨਹੀਂ ਅਸੀਂ ਹੋਰ ਵੀ ਹੱਲੇ ਕਰਾਂਗੇ ਤੇ ਹੁਣ ਬੇਨਾਮੀ ਜਾਇਦਾਦਾਂ ਤੇ ਸਾਡੇ ਹੱਲੇ ਹੋਣਗੇ ਹੁਣ ਆਪ ਹੀ ਕਹਿੰਦਾ ਸੀ ਕਿ ਅਸੀਂ ਇਹੋ ਜਿਹਾ ਕੰਮ ਦੱਸ ਕੇ ਨਹੀਂ ਕਰਦੇ ਸੀਕਰਟ ਰੱਖ ਕੇ ਕਰਦੇ ਆ ਤੇ ਅਸੀਂ ਨੋਟਾਂ ਵਾਲਾ ਕੰਮ ਵੀ ਸੀਕ੍ਰੀਟ ਰੱਖ ਕੇ ਕੀਤਾ ਤੇ ਆਪੇ ਹੁਣ ਮਹੀਨਾ ਪਹਿਲਾਂ ਕਹਤਾ ਕਿ ਅਸੀਂ 30 ਦਸੰਬਰ ਤੋਂ ਬਾਅਦ ਇੱਧਰ ਵੀ ਹੋ ਜਾਣਾ ਸੋ ਇਹਦਾ ਪਤਾ ਨਹੀਂ ਲੱਗਦਾ ਪਰ ਫਿਰ ਵੀ ਜੇ ਰੀਅਲ ਏਸਟੇਟ ਦੇ ਕਾਰੋਬਾਰੀ ਜਿਹੜੇ ਕਾਲੇ ਕਾਰੋਬਾਰੀ ਆ ਉਹਨਾਂ ਨੂੰ ਖੁੰਝਾਂ ਚੋਂ ਕੱਢ ਲਿਆ ਜਾਂਦਾ ਹੈ ਜਿਹੜਾ ਸਾਇਲੈਂਟ ਸਰਮਾਇਆ ਜਿਹੜਾ ਉਹਨੂੰ ਬਾਹਰ ਕੱਢ ਲਿਆ ਜਾਂਦਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਕਾਰੋਬਾਰਾਂ ਚ ਲੱਗਿਆ ਜਿਵੇਂ ਮੈਂ ਅੱਗੇ ਕਿਹਾ ਕਿ ਫੇਕ ਕਰੰਸੀ ਹੋਈ ਜਿਹੜਾ ਇਹ ਬਲੈਕ ਮਨੀ ਦਾ ਕਾਲਾ ਧਨ ਜਿਹਨੂੰ ਆਪਾਂ ਕਹਿੰਦੇ ਨੇ ਕਿ ਇਹ ਬਾਜ਼ਾਰ ਦੇ ਵਿੱਚ ਚੱਲਦਾ ਫਿਰਦਾ ਹੈ ਇਹ ਬਾਹਰ ਆ ਜਾਂਦਾ ਰੀਅਲ ਏਸਟੇਟ ਜੋ ਆ ਜਾਂਦਾ ਹੈ ਹੋਰ ਇਧਰੋਂ ਉਧਰੋਂ ਆ ਜਾਂਦਾ ਤੇ ਬਹੁਤ ਵਧੀਆ ਹੈ ਇਸ ਮੁਲਕ ਦੇ ਲਈ ਅੱਗੇ ਮੇਰੇ ਖਿਆਲ ਦੇ ਨਾਲ ਹਵਾਲੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਹ ਲੋਕਾਂ ਨੂੰ वेदना ਦੇ ਰਿਹਾ ਹੈ ਸਾਰਾ ਕੁਝ ਲੋਕਾਂ ਨੂੰ ਪੀੜਾ ਦਾਇਕ ਹੈ ਪਰ ਜਿਵੇਂ ਜਿਵੇਂ ਜੇ ਅਸੀਂ ਇਹਦੇ ਸਿੱਟੇ ਅੱਗੇ ਦੇਖਦੇ ਹਾਂ ਦੂਰ ਅੰਗਾਮੀ ਅਸੀਂ ਦੇਖਦੇ ਹਾਂ ਤਾਂ ਕਿਤੇ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਅੱਗੇ ਜਾ ਕੇ ਇਸ ਨੀਤੀ ਦੇ ਸਿੱਟੇ ਆ ਜਿਹੜੇ ਉਹ ਥੋੜੇ ਜਿ ਵੱਖਰੇ ਹੋਣਗੇ ਜੀ ਅਸੀਂ ਹਾਲੇ ਕਿਆਸ ਨਹੀਂ ਰਹੇ ਇਹ ਉਹ ਲੋਕ ਕਿਆਸ ਰਹੇ ਆ ਜਿਨ੍ਹਾਂ ਨੂੰ ਆਰਥਿਕਤਾ ਬਾਰੇ ਜਾਣਕਾਰੀ ਹੈ ਕਿ ਆਰਥਿਕਤਾ ਕਿਸ ਤਰ੍ਹਾਂ ਕੇ ਚੱਲਦੀ ਹੈ ਸੋ ਆਲੋਚਨਾ ਦੇ ਦੌਰ ਦੇ ਵਿੱਚ ਔਰ ਜਦੋਂ ਬਹੁਤ ਸਾਰੀ ਤਕਲੀਫ ਚੱਲੀ ਜਾ ਰਹੀ ਹੈ ਲੋਕਾਂ ਵੱਲੋਂ ਉਸ ਦੌਰ ਦੇ ਵਿੱਚ ਇੱਕ ਇਸ ਦੌਰ ਦੇ ਵਿੱਚ ਆਸ ਦੀ ਕਿਰਨ ਇਹ ਹੈ ਕਿ ਸ਼ਾਇਦ ਹੁਣ ਅੱਗੇ ਚੱਲ ਕੇ ਆਮ ਲੋਕਾਂ ਦਾ ਜਿਹੜਾ ਸੁਪਨਾ ਸੀ ਕਿ ਸਾਡਾ ਮੁਲਕ ਵੀ ਇੱਕ ਆਦਰਸ਼ ਮੁਲਕ ਬਣ ਜਾਵੇ ਤਾਂ ਉਹ ਹੋ ਸਕਦਾ ਹੈ ਹਾਲੇ ਹੋ ਸਕਦਾ ਹੈ ਹਾਂ ਕਿਉਂਕਿ ਸੁਵਧੀਆਂ ਚੇਨਿਆ ਹੋ ਸਕਦਾ ਹੈ ਕਿ ਉਹ ਸੁਪਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅੱਗੇ ਜਾ ਕੇ ਪੂਰਾ ਹੋ ਜਾਵੇ ਜੀ 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 ਅ ਅੱਗੇ ਬਾਤ ਇਹ ਆਪਾਂ ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ ਦੌਰ ਰੱਦ ਕੱਲ ਜਾਰੀ ਕਰਨਾ ਸੀਗਾ ਮੈਨੀਫੈਸਟੋ ਹਾਂ ਇਹਨਾਂ ਨੇ ਦਲਤਾਂ ਦਾ ਚੋਣ ਮੈਨੀਫੈਸਟੋ ਜਾਰੀ ਕਰਨਾ ਸੀ ਉਹਦੇ ਲਈ ਤਿਆਰੀ ਇਹਨਾਂ ਦੀ ਮੁਕੰਮਲ ਸੀ ਪਰ ਮੇਰੇ ਖਿਆਲ ਦੇ ਨਾਲ ਤਿਆਰੀਆਂ ਕਿਤੇ ਉਹ ਜਿਵੇਂ ਰਾਜ ਬਰਾੜ ਕਹਿੰਦਾ ਸੀ ਕਿ ਕਿਸੇ ਸਮੇਂ ਰੰਗੀਆਂ ਰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਉਹ ਰੰਗੀਆਂ ਰਗਾਈਆਂ ਰਹਿ ਗਈਆਂ ਇਹ ਐਨ ਮੌਕੇ ਤੇ ਅੱਜ ਸ਼ਾਮੀ ਸਮਾਚਾਰ ਮਿਲਿਆ ਕਿ ਅਰਵਿੰਦ ਕੇਜਰੀਵਾਲ ਜੀ ਪੰਜਾਬ ਦਾ ਦੌਰਾ ਦੰਦ ਕਰ ਰਹੇ ਆ ਹੋਰ ਇਹ ਦੌਰਾ ਰੱਦ ਹੋਇਆ ਕਿਉਂਕਿ ਦੌਰੇ ਦੋ ਸੀ ਕਿਤੇ ਇਹ ਸੀਗਾ ਕਿ ਇਹਨਾਂ ਨੇ ਚੋਣ ਮੈਨੀਫੈਸਟੋ ਜਿਹੜਾ ਦਲਤਾਂ ਦੇ ਲਈ ਉਹ ਜਾਰੀ ਕਰਨਾ ਸੀ ਦੂਆ ਦੌਰਾ ਸੀਗਾ ਜਿਹੜਾ ਉਹ ਇਹਨਾਂ 20 ਤਰੀਕ ਤੋਂ ਕਈ ਰੈਲੀਆਂ ਦਾ ਇਹਨਾਂ ਦਾ ਪ੍ਰੋਗਰਾਮ ਸੀ ਪੜਾਵਰ ਮੇਰੇ ਖਿਆਲ ਦੇ ਨਾਲ 40 ਰੈਲੀਆਂ ਕਰਨੀਆਂ ਸੀ 20 ਤਰੀਕ ਤੋਂ ਬਾਅਦ ਆ ਜਿਹੜੀ 20 ਆ ਰਹੀ ਹੈ ਆਗਾਮੀ 20 ਤੋਂ ਤਾਂ ਉਹ ਦੌਰਾ ਵੀ ਕਿਤੇ ਨਾ ਕਿਤੇ ਲੱਗਦਾ ਖਟਾਈ ਚ ਪਏਗਾ ਕਿਉਂਕਿ ਹਾਲੇ ਵੈਸੇ ਕਾਲੀ ਹੈ ਮੇਰਾ ਜਾਤੀ ਨਜ਼ਰੀਆ ਹੈ ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਜਿਹੜਾ ਆ ਦੌਰਾ ਕੱਲ ਵਾਲਾ ਰੱਦ ਹੋਇਆ ਇਹ ਕਿਤੇ ਨਾ ਕਿਤੇ ਰਾਜਕਰਨ ਵੀਰ ਸਿੰਘ ਜੀ ਜਿਹੜਾ S Y L ਵਾਲਾ ਮੁੱਦਾ ਉਬਲਿਆ ਫਿਰਦਾ ਕਿਤੇ ਨਾ ਕਿਤੇ ਉਹਦੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਹੈ ਕਿਉਂਕਿ ਰਵਿੰਦ ਕੇਜਰੀ ਵੱਲੋਂ ਪਤਾ ਲੱਗ ਚੁੱਕਾ ਹੈ ਕਿ S Y L ਦਾ ਉਹ ਮੁੱਦਾ ਹੈ ਜਿੱਥੇ ਮੈਂ ਦੋ ਧਾਰੀ ਤਲਵਾਰ ਤੇ ਤੁਰਦਾ ਦੋ ਧਾਰੀ ਤਲਵਾਰ ਤੇ ਇਸ ਤਰ੍ਹਾਂ ਤੁਰਦਾ ਜੇ ਉਹ ਪੰਜਾਬ ਚ ਆਉਂਦਾ ਤੇ ਇੱਥੇ ਫਸ ਜਾਂਦਾ ਉਹਦੇ ਕੁਰਤੇ ਦੇ ਲੜਪਾੜਨ ਲੱਗ ਪੈਂਦੇ ਸਾਰੇ ਕਿ ਬੋਲ ਤੇਰਾ ਪਾਣੀਆ ਤੇ ਕੀ ਸਟੈਂਡ ਆ ਉਹ ਦਿੱਲੀ ਚ ਜਾਂਦਾ ਹੈ ਉੱਥੋਂ ਵਾਲੇ ਲੋਕ ਪੁੱਛਦੇ ਆ ਕਿ ਤੂੰ ਸਾਨੂੰ ਧਰਿਆਏ ਮਾਰਨਾ ਤੂੰ ਸਾਡਾ ਦੁਸ਼ਮਣ ਹੈ ਕਿ ਸਾਡਾ ਮੁੱਖ ਮੰਤਰੀ ਹੈ ਸੋ ਦੋਏ ਪਾਸੇ ਉਹ ਫਸਦਾ ਕਿਉਂਕਿ ਜੇ ਉਹ ਪੰਜਾਬ ਦੇ ਨਾਲ ਖੜਦਾ ਹੈ ਤੇ ਦਿੱਲੀ ਵਾਲਿਆਂ ਲਈ ਬੇਵਫਾ ਬਣ ਜਾਂਦਾ ਕਿ ਇਹ ਤਾਂ ਨਹੀਂ ਸ਼ੁ크ਰਾ ਬੰਦਾ ਅਸੀਂ ਇਹਨੂੰ ਇੰਨਾ ਇੱਥੋਂ ਤੱਕ ਪਛਾਏ ਇਹਨਾਂ ਸਾਥ ਇਹਦਾ ਦਿੱਤਾ ਤੇ ਇਹ ਪੰਜਾਬ ਦੇ ਨਾਲ ਖੜ ਗਿਆ ਕੋਈ ਕੋਈ ਦਿੱਲੀ ਨੂੰ ਜਿਹੜਾ ਪਾਣੀ ਮਿਲਦਾ ਉਹ ਮਿਲਦਾ ਵਾਇਆ ਹਰਿਆਣਾ ਜਦੋਂ ਤੁਹਾਨੂੰ ਪਤਾ yaad ਹੋਏਗਾ ਜਦੋਂ ਤੁਹਾਨੂੰ ਪਤਾ ਹੋਣਾ ਹੈ ਕਿ ਇਸ ਸਮੇਂ ਅਰਵਿੰਦ ਕੇਸਰੀਵਾਲ ਨੇ ਪੰਜਾਬ ਦੇ ਵਿੱਚ ਆ ਕੇ ਥੋੜਾ ਜਿਹਾ ਸਟੈਂਡ ਲਿਆ ਸੀ ਕਿ ਐਸਵਾਈਐਲ ਦਾ ਪਾਣੀ ਹੈ ਜਿਹੜਾ ਨਹੀਂ ਜਾਣਾ ਚਾਹੀਦਾ ਪੰਜਾਬ ਦਾ ਪਾਣੀ ਪੰਜਾਬ ਕੋਲ ਰਹਿਣਾ ਚਾਹੀਦਾ ਤੁਹਾਨੂੰ ਚੇਤਾ ਹੋਏਗਾ ਹਰਿਆਣੇ ਨੇ ਹਤਨੀਕੁੰਡ ਜਿਹੜਾ ਗੈਰਾਜ਼ ਆ ਉਥੋਂ ਪਾਣੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਦਿੱਲੀ ਨੂੰ ਪਾਣੀ ਨਹੀਂ ਦੇਣਾ ਜਿੱਥੋਂ ਆਉਂਦਾ ਲੈ ਲੈਣ ਸੋ ਇਹਨੂੰ ਅਰਵਿੰਦ ਕੇਜਰੀ ਵੱਲੋਂ ਪਤਾ ਲੱਗ ਗਿਆ ਸੀ ਕਿ ਇਸ ਇਸ ਕੰਮ ਤੇ ਸਟੈਂਡ ਹੈ ਜਿਹੜਾ ਉਹ ਏਡਾ ਸਪਸ਼ਟ ਕਰਕੇ ਨਹੀਂ ਚੱਲਿਆ ਜਾਣਾ ਸੋ ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਬਚਨ ਦੀ ਕੋਸ਼ਿਸ਼ ਆ ਕਿ ਐਸਵਾਈਐਲ ਦੇ ਮੁੱਦੇ ਤੇ ਜਾ ਕੇ ਕਿਉਂਕਿ ਹਾਲੇ ਮੁੱਦਾ ਬਹੁਤ ਗਰਮ ਆ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਤੇ ਇੱਕ ਵਾਰੀ ਤੜਕੇ ਆਖੇ ਦਿੰਦਾ ਇੱਕ ਵਾਰੀ ਸ਼ਾਮ ਨੂੰ ਸੌਂ ਲੱਗਿਆ ਕਹਿ ਦਿੰਦਾ ਕਿ ਅਰਵਿੰਦ ਕੇਜਰੀਵਾਲ ਸਟੈਂਡ ਸਪਸ਼ਟ ਕਰੇ ਅਰਵਿੰਦ ਕੇਜਰੀਵਾਲ ਸਟੈਂਡ ਸਪਸ਼ਟ ਕਰੇ ਪਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਕੀਤਾ ਗਿਆ ਐਸਵਾਈਐਲ ਦੇ ਮੁੱਦੇ ਦੇ ਮੱਦੇਨਜ਼ਰ ਇਹ ਦੌਰਰਾ ਰੱਦ ਕੀਤਾ ਗਿਆ ਤੇ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਕਿਉਂਕਿ ਐਸਵਾਈਐਲ ਦਾ ਮੁੱਦਾ ਹੱਲੇ ਨਹਿਰ ਬੇਸ਼ੱਕ ਸੁੱਕੀ ਆ ਪਰ ਮੁੱਦਾ ਹੱਲੇ ਸੁੱਕਣਾ ਨਹੀਂ ਮੁੱਦਾ ਹਰੇ ਹਰ ਆਇਆ ਰਹੇਗਾ ਜਦੋਂ ਵੀ ਆਉਣਗੇ ਕਿਤੇ ਨਾ ਕਿਤੇ ਉਹ ਸਾਪ ਆ ਜਿਹੜਾ ਗਲਚ ਇਹਨਾਂ ਤੇ ਪੈਣਾ ਤਾਂ ਉਹਦੇ ਲਈ ਮੇਰੇ ਖਿਆਲ ਦੇ ਨਾਲ ਤਿਆਰੀ ਕਰਨੀ ਚਾਹੀਦੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਾਊਂਟਰ ਕਰਨਾ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ ਉਹਨਾਂ ਦੇ ਲਈ ਇਹਨਾਂ ਨੂੰ ਰਣਨੀਤੀ ਉਲੀਕਣੀ ਪੈਗੀ ਕਿਉਂਕਿ ਪੰਜਾਬ ਤੇ ਇਹਨਾਂ ਨੂੰ ਆਉਣਾ ਪੈਗਾ ਜੇ ਨਹੀਂ ਆਉਣਗੇ ਤੇ ਹਾਲ ਵੇਖ ਹੀ ਲੈਣਾ ਕਪੂਰੀ ਦੇ ਵਿੱਚ ਇਹਨਾਂ ਨੇ ਅਣਮਿੱਥੇ ਸਮੇਂ ਦਾ ਧਰਨਾ ਲਾਇਆ ਸੀ ਤੇ ਉਹ ਜਿਹੜਾ ਅਣਮਿੱਥਾ ਸਮਾਂ ਸੀ ਉਹ ਚਾਰਾਂ ਦਿਨਾਂ ਦੇ ਵਿੱਚ ਹੀ ਮਿੱਥਿਆ ਗਿਆ ਚਾਰ ਦਿਨਾਂ ਤੀਵਾਦਾ ਜਿੱਥੇ ਕੋਈ ਵੀ ਨਹੀਂ ਮਿਲਿਆ ਉੱਥੇ ਇੱਕ ਟੁੱਟਾ ਜਿਹਾ ਮੰਜਾ ਰਹਿ ਗਿਆ ਉੱਤੇ ਉਹਦੇ ਉਹ ਇਹਨਾਂ ਦੇ ਸ਼ਮਿਆਨਾ ਜਿਹੜਾ ਤਾਣਿਆ ਸੀ ਉਹ ਤੇ ਉੱਥੇ ਨਹਿਰ ਦਾ ਬੇਲਦਰ ਸੁਤਾ ਘੜਾੜੇ ਮਾਰ ਰਿਹਾ ਸੀ ਕਿਤੇ ਉੱਥੇ ਗਏ ਨਹੀਂ ਚੌਥੇ ਦਿਨ ਸੋ ਇਹ ਹਾਲ ਜੇ ਅੱਜ ਹੋਇਆ ਤਾਂ ਜੇਕਰ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਟਾਲਾ ਜੇ ਬਟਨ ਕੀ ਫਿਰ ਗੱਡੀ ਨਹੀਂ ਚੱਲਣੀ ਉਹਨਾਂ ਨੂੰ ਆਉਣਾ ਤੇ ਪੈਗਾ ਪਰ ਮੇਰੇ ਖਿਆਲ ਦੇ ਨਾਲ ਬੈਸਟ ਜਿਹੜੀ ਰਣਨੀਤੀ ਹੈ ਇਸ ਮੁੱਦੇ ਤੇ ਅਰਵਿੰਦ ਕੇਜਰੀਵਾਲ ਦੀ ਉਹ ਇਹੀ ਹੋ ਸਕਦੀ ਹੈ ਜਿਹੜੀ ਪਹਿਲਾਂ ਉਹਨਾਂ ਨੂੰ ਅਪਣਾ ਲੈਣੀ ਚਾਹੀਦੀ ਸੀ ਕਿ ਹਾਂ ਭਾਈ ਮੈਂ ਸਟੈਂਡ ਆਫ ਦਾ ਸਪਸ਼ਟ ਕਰਦੇ ਹਾਂਗਾ ਤੁਸੀਂ ਇੱਕ ਸੋਨੀਆ ਤੋਂ ਕਰਵਾ ਲਓ ਸੋਨੀਆ ਗਾਂਧੀ ਤੋਂ ਕਰਵਾ ਲਓ ਸਟੈਂਡ ਸਪਸ਼ਟ ਇੱਕ ਨਰਿੰਦਰ ਮੋਦੀ ਤੋਂ ਕਰਵਾ ਲਵੇ ਠੀਕ ਆ ਤੇ ਮੈਂ ਫਿਰ ਤੀਜਾ ਮੈਂ ਵੀ ਜਿਹੜਾ ਕੌਮੀ ਰਾਜਨੀਤੀ ਦਾ 플레이ਰ ਆ ਫਿਰ ਮੈਂ ਵੀ ਸਟੈਂਡ ਸਪਸ਼ਟ ਕਰ ਦੂੰਗਾ ਇਹ ਉਹਨਾਂ ਤੋਂ ਤੇ ਕਰਾ ਲੈਣਾ ਪਹਿਲਾਂ ਜੀ 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 ਬਿਲਕੁਲ ਤੇ ਮਿੱਟੂ ਜੀ ਅੱਗੇ ਵੱਧਦੇ ਅਗਲੀ ਗੱਲਬਾਤ ਕਰੀ ਵੀ एस वाई एल ਮੁੱਦਾ ਬਾਦਲ ਦੀ ਅਪੀਲ ਤੇ ਕੈਪਟਨ ਨੇ ਦਿੱਤਾ ਜਵਾਬ ਬਾਦਲ ਸਾਹਿਬ ਨੇ ਅਪੀਲ ਕੀਤੀ ਸੀ ਕਿ ਕਿ ਤੁਸੀਂ ਭਾਈ ਜਿਹੜੇ ਅਸਤੀਫੇ ਕਾਂਗਰਸ ਵਾਲਿਓ ਨਾ ਦਿਓ ਤੇ ਇਸ ਤਰ੍ਹਾਂ ਕਰੀਏ ਆਪਾਂ ਰਲ ਮਿਲ ਕੇ ਜਿਹੜਾ ਇਜਲਾਸ ਸੱਦਿਆ ਉਹਦੇ ਵਿੱਚ ਕੋਈ ਮਤਾ ਪਕਾਈਏ। ਹੂੰ। ਕੈਪਟਨ ਅਮਰਿੰਦਰ ਸਿੰਘ ਨੇ ਉਸ ਅਪੀਲ ਦਾ ਬਾਅਦ ਦਲੀਲ ਜਵਾਬ ਦਿੱਤਾ। ਜੀ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਭਾਈ ਤੁਸੀਂ ਇਸ ਤਰ੍ਹਾਂ ਕਰੋ ਏਜੰਡਾ ਆਪ ਦਾ ਸਪਸ਼ਟ ਕਰੋ ਪਹਿਲਾਂ ਕਿ ਤੁਸੀਂ ਕਰਨਾ ਕੀ ਹੈ। ਇਹ ਨਾ ਹੋਵੇ ਕਿ ਅਸੀਂ ਜਾਈਏ ਤੁਸੀਂ ਆਓ ਉੱਥੇ ਹੋਰ ਵੀ ਦੂਜੇ ਬਹਿਸ ਭਰਾ ਵੀ ਆ ਜਾਣ। ਅਸੀਂ ਇੱਕ ਦੂਜੇ ਨਾਲ ਮਿਹਣੋ ਮਿਹਣੀ ਹੋ ਕੇ ਆ ਜਾਈਏ ਜਹੋਂਥੇ ਕੋਈ ਕਾਨੂੰਨ ਬਣੇ ਤੇ ਕਾਨੂੰਨ ਨੂੰ ਕੋਈ ਮੰਨਤਾ ਹੀ ਨਾ ਦੇਵੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਛਾਤਰਾਣਾ ਝਾ ਲਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਖੂਬੀ ਜਾਣਦਾ ਹੈ ਕਿ ਜਿਹੜਾ ਇੱਥੇ ਗਵਰਨਰ ਹੈ ਉਹ ਗਵਰਨਰ ਕਿਸੇ ਸਮੇਂ ਭਾਜਪਾ ਦਾ ਮੈਂਬਰ ਪਾਰਲੀਮੈਂਟ ਸੀ ਤੇ ਭਾਜਪਾ ਨੇ ਉਹਨੂੰ ਅਪਾਇੰਟ ਕੀਤਾ ਇੱਥੇ ਇਹਨੂੰ ਪਤਾ ਕੈਪਟਨ ਨੂੰ ਕਿ ਜੋ ਮਰਜੀ ਇਹ ਉਥੇ ਮਤਾ ਪੁਗਾ ਲੈਣ ਜੋ ਮਰਜੀ ਕਾਨੂੰਨ ਬਣਾ ਲੈਣ ਉਹਨੂੰ ਕਾਨੂੰਨ ਦੇ ਰੂਪ ਦੇ ਵਿੱਚ ਮਾਨਤਾ ਗਵਰਨਰ ਨੇ ਨਹੀਂ ਦੇਣੀ ਇਸ ਕਰਕੇ ਕੈਪਟਨ ਇਹ ਕਹਿੰਦਾ ਕਿ ਸਪਸ਼ਟ ਕਰੋ ਸਪਸ਼ਟ ਕਰਨ ਦਾ ਉਹਦਾ ਮਤਲਬ ਕੀ ਹੈ ਜੇ ਆਪਾਂ ਉਹਨੂੰ ਗਹਿਨਤਾ ਦੇ ਨਾਲ ਥੋੜਾ ਪਰਚੂਲੀਏ ਤਾਂ ਮਤਲਬ ਇਹ ਹੈ ਕੈਪਟਨ ਅਮਰਿੰਦਰ ਸਿੰਘ ਦਾ ਕਿ ਭਾਈ ਤੁਸੀਂ ਭਾਜਪਾ ਤੋਂ ਪੁੱਛੋ ਕਿ ਉਹ ਤੁਹਾਨੂੰ ਕਾਨੂੰਨ ਬਣਾਉਣ ਦੇਣਗੇ ਉਦੇ ਮਤਲਬ ਕਹਿਣ ਦਾ ਇਹ ਹੈ ਕਿ ਪਹਿਲਾਂ ਤੁਸੀਂ ਆਪਣੇ ਨਾਲ ਦੇ ਤੋਂ ਪੁੱਛ ਕੇ ਸਪਸ਼ਟ ਕਰੋ ਤੁਸੀਂ ਤੇ ਭਜਪਾ ਵਾਲੇ ਕਿ ਕੋਈ ਜਿਹੜਾ ਕਾਨੂੰਨ ਆਪਾਂ ਪਾਸ ਕਰਾਂਗੇ ਉਸ ਕਾਨੂੰਨ ਨੂੰ ਮੰਨਤ ਮਿਲੇਗੀ ਸੋ ਹੁਣ ਇਹਦਾ ਜਵਾਬ ਕਿਉਂਕਿ ਦਿਨ ਵਿੱਚ ਕੱਲ ਕੱਲ ਦਾ ਹੀ ਹੈ 15 ਕੱਲ ਨੂੰ ਚੜ੍ਹ ਜਾਣੀ ਹੈ ਤੇ 16 ਨੂੰ ਇਹਨਾਂ ਨੇ ਇਜ਼ਲਾ ਸਦਿਆ ਇੱਕ ਦਿਨ ਹੀ ਰਹਿ ਗਿਆ ਇੱਕ ਦਿਨ ਦੇ ਵਿੱਚ ਹੁਣ ਪ੍ਰਕਾਸ਼ ਸਿੰਘ ਬਾਦਲ ਕੀ ਇਸ ਸਵਾਲ ਦਾ ਜਵਾਬ ਦਿੰਦੇ ਆ ਕਿ ਇਸ ਮੁੱਦੇ ਤੇ ਉਹ ਸਪਸ਼ਟ ਕਰਦੇ ਸਥਿਤੀਆਂ ਨੂੰ ਕਿ ਹਾਂ ਭਾਈ ਅਸੀਂ ਪੂਰੇ ਆਸਵੰਦ ਹਾਂ ਤੇ ਅਸੀਂ ਤੁਹਾਨੂੰ ਵੀ ਯਕੀਨ ਦਿਵਾਉਂਦੇ ਹਾਂ ਕਿ ਕਾਨੂੰਨ ਜੋ ਵੀ ਅਸੀਂ ਪਾਸ ਕਰਾਂਗੇ ਮਥਾ ਉਹਦਾ ਰੂਪ ਹੈ ਜਿਹੜਾ ਕਾਨੂੰਨੀ ਰੂਪ ਹੈ ਉਹ ਪਰਵਾਨ ਕੀਤਾ ਚਾਹੇਗਾ ਹੁਣ ਇੱਕ ਦਿਨ ਦੇ ਵਿੱਚ ਦੇਖੋ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਪਰ ਆਪਾਂ ਪਿਛਲੇ ਵਾਰੀ ਇਹ ਮਸਲਾ ਜਿਹੜਾ ਉਹ ਦੇਖ ਚੁੱਕੇ ਆ ਜਦੋਂ ਇਹਨਾਂ ਨੇ ਜਿਹੜੀਆਂ ਗ੍ਰਹਿਤ ਜ਼ਮੀਨਾਂ ਸੀਗੀਆਂ ਕੀਤੀਆਂ ਇਸ ਮਸਲੇ ਤੇ ਐਸਵਾਈਐਲ ਦੇ ਮੁੱਦੇ ਤੇ ਗ੍ਰਹਿਣ ਕੀਤੀਆਂ ਜ਼ਮੀਨਾਂ ਵਾਪਸ ਕਰਨ ਲਈ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਸੀ ਉਸ ਗਵਰਨਰ ਨੇ ਉਹ ਬਿੱਲ ਨਹੀਂ ਸੀ ਪਾਸ ਕੀਤਾ ਜੋ ਪੰਜਾਬ ਤੇ ਹਰਿਆਣਾ ਦਾ ਸਾਂਝਾ ਗਵਰਨਰ ਸੀ ਉਹਦਾ ਕਾਰਨ ਇਹੋ ਹੀ ਸੀਗਾ ਕਿਉਂਕਿ ਉਹਨੂੰ ਪਤਾ ਸੀ ਮੇਰੀ ਜਿਹੜੀ ਹੈ ਉਹ ਇੱਥੇ ਡਿਊਟੀ ਹੈ ਥੋੜੇ ਜਿਹੇ ਹਫ਼ਤਿਆਂ ਦੀ ਜੇ ਇਹਨਾਂ ਨੂੰ ਮੈਂ ਆਲਾ ਟਾਲਾ ਕੱਢ ਕੇ ਕਰਦਿਆਂ ਆਪੇ ਦੂਜਾ ਗਵਰਨਰ ਆਉ ਪੰਜਾਬ ਦਾ ਆਪੇ ਉਹ ਸੰਭਧਾਰੋ ਹੁਣ ਦੂਜਾ ਜਿਹੜਾ ਗਵਰਨਰ ਆਇਆ ਉਹ ਉਹ ਵੀ ਜਿਹੜਾ ਪਹਿਲਾ ਗਵਰਨਰ ਸੀ ਤੇ ਜਿਹੜਾ ਦੂਜਾ ਗਵਰਨਰ ਸੀ ਇਹਨਾਂ ਦੇ ਨਾਵਾਂ ਦਾ ਹੀ ਫਰਕ ਆ ਜਿਨ੍ਹਾਂ ਨੇ ਇਕੱਲਿਆ ਤੇ ਜਿਨ੍ਹਾਂ ਦੀ ਪਲਟੂਨ ਚ ਆਇਓ ਉਹ ਇੱਕੋ ਹੀ ਆ ਸੋ ਉਹ ਲੱਗਦਾ ਨਹੀਂਗਾ ਕਿ ਇਹ ਜੀ ਕੋਈ ਕਾਨੂੰਨ ਜਾਂ ਕੋਈ ਇਹੋ ਜਿਹਾ ਬਿੱਲ ਕੋਈ ਪਾਸ ਕਰ ਦੇਣਗੇ ਉਹਨੂੰ ਮਾਨਤਾ ਦੇ ਦੇਵੇਗਾ ਗਵਰਨਰ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਪੁੱਛਦਾ ਪਿਆ ਕਿ ਦੱਸੋ ਵੀਰੋ ਵੀ ਪੈਣਾ ਮੰਗਣ ਚ ਜੰਜੀਰੀਆਂ ਦੇਵੋ ਵੀਰੋ ਵੀ ਹਾਂ ਉਹ ਉਹ ਕਹਿੰਦੇ ਕਿ ਹਾਂ ਭਾਈ ਦੱਸੋ ਸਾਨੂੰ ਸਪਸ਼ਟ ਤੌਰ ਤੇ ਕਰ ਦਿਓ ਅਸੀਂ ਆ ਸਕਦੇ ਹਾਂ ਉੱਥੇ ਸੈਸ਼ਨ ਦੇ ਵਿੱਚ ਹੁਣ ਇਹ ਪ੍ਰਕਾਸ਼ ਸਿੰਘ ਬਾਦਲ ਹੁਰਾਂ ਤੇ ਮਨਨਸਰ ਕਰਦਾ ਹੈ ਕਿ ਮਨਨਸਰ ਕਰਦਾ ਹੈ ਕਿ ਇਹ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰੋਸੈਸ ਦੇ ਵਿੱਚ ਲੈਂਦੇ ਕਿ ਆਓ ਭਾਈ ਆਪਾਂ ਇਹ ਮੁੱਦਾ ਜਿਹੜਾ ਇਸ ਤਰੀਕੇ ਦੇ ਨਾਲ ਹੈਂਡਲ ਕਰਾਂਗੇ ਹੂੰ ਜੀ ਜੀ ਅ ਅੱਗੇ ਆਪਾਂ ਵਧੀਏ ਮਿੰਟਜੀ ਵੀ ਡੇਰਾ ਮੁਖੀ ਨੇ ਦਿੱਤਾ ਵਿਵਾਦਿਤ ਬਿਆਨ ਇਹਦਾ ਕੰਮ ਇਹ ਹੈ ਕਿ ਹਰ ਇੱਕ ਮਸਿਆ ਪੁੰਨਿਆਂ ਤੇ ਇਹਨੇ ਕੋਈ ਨਾ ਕੋਈ ਕੋਈ ਨਾ ਕੋਈ ਇਹੋ ਜਿਹਾ ਬਖੇੜਾ ਇਹੋ ਜਿਹਾ ਬਿਆਨ ਦੇ ਦੇਣਾ ਹੁੰਦਾ ਹੈ ਹੂੰ ਹੂੰ ਅੱਜ ਕੱਲ ਇਹ ਤੇ ਰਾਮਦੇਵ ਇੱਕ ਹੋਰ ਹੈਗਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਇਹ ਤਿੰਨ ਚਾਰ ਜਣੇ ਆ ਜੀ ਇਹ ਭਾਜਪਾ ਦੇ ਜਿਹੜੇ ਉਹਨਾਂ ਨੇ ਅਧਿਕਾਰ ਤਰਜ਼ਮਨ ਲਾਏ ਆ ਉਹ ਘੱਟ ਕੰਮ ਕਰਦੇ ਉਹਨਾਂ ਦੇ ਮੁਕਾਬਲੇ ਤਿੰਨ ਚਾਰ ਜਾਣੇ ਜ਼ਿਆਦਾ ਕੰਮ ਕਰਦੇ ਆ ਉਹਨਾਂ ਦਾ ਅਚਰ ਜ਼ਿਆਦਾ ਕਰਦੇ ਆ ਹਾਲਾਂਕਿ ਇੱਕ ਚਿੱਟੇ ਲੀੜੇ ਪਾਉਂਦਾ ਇੱਕ ਭਗਵੇਂ ਪਾਉਂਦਾ ਤੇ ਇਹਦਾ ਤਾਂ ਪਤਾ ਹੀ ਕੋਈ ਨਹੀਂ ਇਹ ਜਿਸ ਤਰੀਕੇ ਦੀ ਪੀੜ ਹੋਵੇ ਉਸ ਤਰੀਕੇ ਦੇ ਲੀੜੇ ਪਾ ਲੈਂਦਾ ਹੈ ਜੇ ਬੰਬੇ ਗਿਆ ਤੇ ਉਥੇ ਐਕਟਰਾਂ ਵਾਲੇ ਜੇ ਸਰਸੇ ਬੈਠਾ ਹੈ ਤੇ ਉਥੇ ਸਾਦਾ ਵਾਲੇ ਜੇ ਰਸਤੇ ਦੇ ਵਿੱਚ ਹੈ ਕਿਤੇ ਤੇ ਉਹ ਫਿਰੋਜ਼ ਸਾਹਿਬ ਦੇ ਨਾਲ ਮੈਨੇਜ ਕਰ ਲੈਂਦਾ ਮੈਨੇਜਰ ਚੰਗਾ ਹੈ ਜੀ ਇਹਨੇ ਅੱਜ ਵਾਧੀ ਆਬਾਦੀ ਤੇ ਵਾਧੀ ਜਨਸੰਖਿਆ ਤੇ ਬਿਆਨ ਦਿੱਤਾ ਹੈ ਦੇਖੋ ਵਾਧੀ ਆਬਾਦੀ ਆਪਾਂ ਇੱਕ ਦਿਨ ਅੱਗੇ ਵੀ ਗੱਲ ਕਰਦੇ ਪਏ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਇੱਕ ਦੋ ਮੁੱਦੇ ਆ ਸਪੈਸ਼ਲੀ ਵਾਤਾਵਰਨ ਦਾ ਜਾਂ ਆਬਾਦੀ ਦਾ ਇਹਨਾਂ ਤੇ ਕੋਈ ਵੀ ਚਰਚਾ ਨਹੀਂ ਕਰਦਾ ਇਹ ਅੱਜ ਬੋਲਿਆ ਵਾਧੀ ਤੇ ਕਹਿੰਦਾ ਜੀ ਕਿ ਜਿਹੜਾ ਹਮਦੋ ਹਮਾਰਾ ਇੱਕ ਕੰਮ ਹੈ ਉਹ ਠੀਕ ਹੈ ਹਮ ਦੋ ਹਮਾਰੇ ਦੋ ਉਹ ਵੀ ਠੀਕ ਆ ਪਰ ਜਿਹੜੇ ਹਮ ਦੋ ਹਮਾਰੇ ਵੀ ਕਰੀ ਫਿਰਦੇ ਆ ਇਹਨਾਂ ਨੂੰ ਠੱਲ ਪਾਉਂਦੇ ਉਹਦਾ ਕਹਿਣ ਦਾ ਮਤਲਬ ਸੀਗਾ ਕਿ ਜਿਹੜੇ ਬੱਚੇ ਬਹੁਤ ਜ਼ਿਆਦਾ ਕਰਦੇ ਆ ਬੱਚੇ 4 5 7 8 ਉਹਨਾਂ ਤੇ ਲਗਾਮ ਲਾਉਂਦੇ ਆ ਨਾਲ ਉਹਨੇ ਇਹ ਵੀ ਆਖਿਆ ਕਿ ਇਹਨਾਂ ਦਾ ਜੇ ਨਹੀਂ ਮੰਨਦੇ ਤੇ ਇਹਨਾਂ ਦਾ ਵੋਟ ਅਧਿਕਾਰ ਆ ਜਾਂ ਰਾਸ਼ਨ ਕਾਰਡ ਦਾ ਜਿਹੜਾ ਅਧਿਕਾਰ ਆ ਉਹ ਖਤਮ ਕਰ ਦੇਣਾ ਚਾਹੀਦਾ ਹੁਣ ਦੇਖੋ ਇਹ ਠੀਕ ਆ ਉਹਦੀ ਗੱਲ ਜੋ ਕਨਸੈਪਟ ਆ ਇਸ ਚੀਜ਼ ਦਾ ਇਸ ਗੱਲ ਦਾ ਉਹ ਠੀਕ ਆ ਕਿ ਵੱਧਦੀ ਆਬਾਦੀ ਨੂੰ ਠੱਲ ਪਾਉਂਦੀ ਜ਼ਰੂਰਤ ਆ ਪਰ ਜਿਸ ਪਾਸੇ ਉਹ ਗੁਜਾ ਇਸ਼ਾਰਾ ਕਰਦਾ ਪਿਆ ਉਹ ਬਹੁਤ ਗਲਤ ਆ ਕਿਉਂਕਿ ਅਕਸਰ ਸੰਗੀ ਵੀ ਇੱਕ ਫਿਰਕੇ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਤੰਜਾਂ ਕੱਸਦੇ ਆ ਕਿ ਹਮ ਦੋ ਹਮਾਰੇ ਦੋ ਤਾਂ ਠੀਕ ਆ ਜਿਹੜੇ ਹਮ ਚਾਰ ਤੇ ਹਮਾਰੇ 20 ਕਰਦੇ ਆ ਉਹ ਗਲਤ ਆ ਉਹਨਾਂ ਦੇ ਕਹਿਣ ਦਾ ਮਤਲਬ ਕਿ ਜਿਹੜੇ ਚਾਰ ਵਿਆਹ ਕਰਦੇ ਤੇ ਗਾਂ 20-20 ਜਵਾਬ ਕਰਦੇ ਉਹ ਗਲਤ ਆ ਹੁਣ ਇਹਨੇ ਵੀ ਅਸਿੱਧੇ ਰੂਪ ਦੇ ਵਿੱਚ ਗੁੱਜੀ ਰਮਜ਼ ਜਿਹੜੀ ਆ ਉਹ ਉਧਰ ਨੂੰ ਕੀਤੀ ਆ ਪਰ ਇਹ ਬਹੁਤ ਗਲਤ ਆ ਦੇਖੋ ਤੁਸੀਂ ਬੇਸ਼ੱਕ ਆਪ ਦੀਆਂ ਜਿਹੜੀਆਂ ਵੋਟਾਂ ਆ ਉਹ ਇੱਕ ਤਰੀਕੇ ਦੇ ਨਾਲ ਸੌਦੇਬਾਜ਼ੀ ਦੇ ਵਿੱਚ ਕਦੇ ਉਹਨੂੰ ਪਾਉਂਦੇ ਜੇ ਕਦੇ ਉਹਨੂੰ ਪਾਉਂਦੇ ਜੇ ਉਹ ਤੁਹਾਡੇ ਨਫੇ-ਨੁਕਸਾਨ ਹੋ ਸਕਦੇ ਆ ਪਰ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਜੀ ਅਧਿਆਤਮਿਕ ਗੁਰੂ ਆ ਅਸੀਂ ਸਾਰੀ ਸ੍ਰਿਸ਼ਟੀ ਨੂੰ ਇੱਕ ਨਜ਼ਰ ਨਾਲ ਦੇਖਦੇ ਅਸੀਂ ਮਨੁੱਖਤਾਵਾਦੀ ਲੋਕ ਆ ਤਾਂ ਫਿਰ ਤੁਹਾਨੂੰ ਇਸ ਤਰ੍ਹਾਂ ਦੀ ਫਿਰਕੇਪਸਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਤਰੀਕੇ ਦਾ ਇਹ ਬਿਆਨ ਆ ਬੇਸ਼ੱਕ ਫਿਰਕੇ ਦਾ ਨਾਂ ਨਹੀਂ ਲਿਆ ਡੇਰਾ ਮੁਖੀ ਨੇ ਪਰ ਉਹ ਉਸੇ ਤਰ੍ਹਾਂ ਦਾ ਬਿਆਨ ਹੈ ਜਿਸ ਤਰ੍ਹਾਂ ਤੇ ਸੰਗੀ ਦਿੰਦੇ ਨੇ ਸੰਗੀ ਕਿਹੜਾ ਨਾਂ ਲੈਂਦੇ ਆ ਸੰਗੀ ਵੀ ਤੇ ਇਹੋ ਜਿਹਾ ਇਸ਼ਾਰਾ ਹੀ ਕਰਦੇ ਆ ਨਾ ਤੇ ਜਿਹੜਾ ਇਹ ਬਿਆਨ ਬਿਲਕੁਲ ਉਸੇ ਤਰ੍ਹਾਂ ਦਾ ਦੇਣਾ ਇਹਦਾ ਮਤਲਬ ਹੈ ਕਿ ਜਿਹੜੇ ਸੰਗਦੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਸੰਗਦੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਆ ਉਹਨਾਂ ਤੇ ਮੋਹਰ ਲਾਉਣੀ ਹੈ ਉਹ ਉਹ ਬੰਦਾ ਮੋਹਰ ਲਾਵੇ ਜਿਹੜਾ ਬੰਦਾ ਕਹਿੰਦਾ ਕਿ ਮੇਰੇ ਲਈ ਮਨੁੱਖਤਾ ਇੱਕੋ ਜੀ ਹੈ ਮੈਂ ਤੇ ਇਸ ਸੰਸਾਰ ਦਾ ਉਧਾਰ ਕਰਨਾ ਹੈ ਇਸੇ ਸੰਸਾਰ ਨੂੰ ਪਾਰ ਪਾਰ ਉਤਾਰਾ ਕਰਨਾ ਹੈ ਉਹ ਸਭ ਬੰਦੇ ਦੇ ਮੂੰਹੋਂ ਜੇ ਬੋਲ ਜਿਹੜੇ ਫੱਬਦੇ ਨੇ ਇਹ ਤੇ ਸਿੱਧੇ ਰੂਪ ਚ ਆ ਸੀ ਕਹਿ ਸਕਦੇ ਆ ਕਿ ਤੇ ਸੰਗ ਦੀ ਬੋਲੀ ਬੋਲੀ ਜਾ ਰਹੀ ਹੈ ਕਿਉਂ ਕਿਉਂਕਿ ਉਹ ਇਹੋ ਜੇ ਬਿਆਨ ਦਿੰਦੇ ਆ ਠੀਕ ਆ ਤੁਸੀਂ ਜੇ ਹਮ ਦੋ ਹਮਾਰੇ ਦੋ ਹਮ ਦੋ ਹਮਾਰਾ ਇੱਕ ਇਤੋਂ ਤੱਕ ਰੁਕ ਕੇ ਗੱਲ ਕਹੋ ਕਿ ਭਾਈ ਜਿਹੜਿਆ ਵੀ ਕੋਈ ਬੰਦਾ ਇਸ ਤਰ੍ਹਾਂ ਬੇ ਹਤਾਸ਼ਾ ਬੱਚੇ ਬਦਾ ਕਰਦਾ ਹੈ ਬਿਨਾਂ ਸੋਚੇ ਸਮਝੇ ਉਹਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਅਸੀਂ ਇਸ ਮਸਲੇ ਤੇ ਖੁੱਲ੍ਹਦਿਲੀ ਦੇ ਨਾਲ ਸੋਚੀਏ ਕਿ ਅਸੀਂ ਨਾ ਘਟ ਗਿਣਤੀ ਸੋਚੀਏ ਨਾ ਵੱਧ ਗਿਣਤੀ ਸੋਚੀਏ ਇਹ ਚੀਜ਼ ਸੋਚੀਏ ਕਿ ਇਹ ਜਿਹੜੀ ਵੱਧਈ ਆ ਵਾਦੀ ਹੈ ਸਾਡਾ ਸਮੂਹਿਕ ਵਿਕਾਸ ਹੈ ਜਿਹੜਾ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਆ ਤਾਂ ਫਿਰ ਅਸੀਂ ਵੀ ਕਹਿੰਦੇ ਕਿ ਭਾਈ ਠੀਕ ਆ ਇਹਨੇ ਉਹ ਵਿਸ਼ਾ ਟੱਚ ਕੀਤਾ ਜਿਹਦੇ ਤੇ ਸਿਆਸਤ ਜਿਹੜੀ ਆ ਬੋਲਣ ਤੋਂ ਸਿਆਸਤ ਚਰਚਾ ਕਰਨ ਤੋਂ ਡਰਦੀ ਆ ਪਰ ਜਿਸ ਤਰੀਕੇ ਦੇ ਨਾਲ ਇਹਨੇ ਬਿਆਨ ਦਿੱਤਾ ਇਹ ਜਿਵੇਂ ਸਿੰਦਰ ਪੰਨੂ ਕਈ ਵਾਰ ਕਹਿੰਦਾ ਹੁੰਦਾ ਕਿ ਇਹ ਉਹ ਬੰਦਾ ਜਿਹਦੀ ਹਰ ਮਸਿਆ ਬਦਨਾਮੀ ਤੇ ਫਿਰ ਉਹ ਗੱਲ ਜਿਹੜੀ ਸੱਚੀ ਜਾਪਦੀ ਆ ਕਿਤੇ ਹੂੰ ਜੀ 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 ਆ ਤੇ ਮਿੰਟੂ ਜੀ ਆਪਾਂ ਅਗਲੀ ਗੱਲ ਕਰੀਏ ਵੀ ਟਰੰਪ ਦੇ ਬਿਆਨ ਦੇ ਕਈ ਕਈਆਂ ਦੇ ਹੋਸ਼ ੜਾਏ ਆ ਹਾਂ ਦੇਖੋ ਟਰੰਪ ਨੇ ਜੇ ਉਹ ਚੋਣ ਤੋਂ ਪਹਿਲਾਂ ਕਿਹਾ ਸੀ ਉਹਦੇ ਵਿੱਚ ਕਈਆਂ ਗੱਲਾਂ ਤੇ ਤੇ ਉਹ ਬਦਲ ਗਿਆ ਥੋੜਾ ਜਿਹਾ ਕਈ ਕਈ ਗੱਲਾਂ ਤੇ ਬਦਲਿਆ ਮੈਕਸੀਕੋ ਵਾਲੀ ਜਿਹੜੀ ਦੀਵਾਰ ਉਹਨੇ ਕਹੀ ਸੀ ਉਹਦੇ ਤੇ ਵੀ ਬਦਲ ਗਿਆ ਕੰਦਾ ਜੀ ਹੁਣ ਕਿਤੇ ਕਿਤੇ ਅਸੀਂ ਉਹ ਵਾੜ ਕਰਾਂਗੇ ਜਿੱਥੇ ਜ਼ਰੂਰੀ ਆ ਦੂਜੇ ਪਾਸੇ ਉਹਨੇ ਆਖਿਆ ਸੀਗਾ ਕਿ ਮੁਸਲਮਾਨਾਂ ਨੂੰ ਮੈਂ ਕਰ ਦੂੰ ਉਹ ਕਰ ਦੂੰ ਪਰ ਜਦੋਂ ਰਾਸ਼ਟਰਪਤੀ ਬਣਿਆ ਬੜਾ ਸੰਭਲ ਕੇ ਬੋਲਿਆ ਨੇ ਆਖਿਆ ਕਿ ਨਹੀਂ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲੂੰਗਾ ਪਰ ਇੱਕ ਚੀਜ਼ ਤੇ ਉਹ ਅੜੇ ਗਿਆ ਇੱਕ ਚੀਜ਼ ਤੇ ਢੋਲਿਆ ਉਹ ਇਸ ਤੇ ਕਿ ਉਹਾਂ ਦਾ ਜੀ ਮੈਂ ਜਿਹੜੇ ਇਲੀਗਲ ਇਥੇ ਪ੍ਰਵਾਸੀ ਆ ਉਹ ਨਹੀਂ ਛੱਡਨੇ ਜਾਂ ਤੇ ਉਹ ਜੇਲ੍ਹ ਦੇ ਵਿੱਚ ਜਾਣਗੇ ਤੇ ਜਾਂ ਰੇਲ ਦੇ ਵਿੱਚ ਚੜ੍ਹ ਕੇ ਆਪਦੇ ਘਰਾਂ ਨੂੰ ਜਾਣਗੇ ਉਹ ਇਸ ਗੱਲ ਤੇ ਵਾਰ-ਵਾਰ ਅੜਿਆ ਪਿਆ ਕਿ ਮੈਂ ਜਿਹੜੇ ਪ੍ਰਵਾਸੀ ਐ ਉਹ ਇਥੋਂ ਕੱਢਨੇ ਕੱਢਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਆ ਦੱਸਦੇ ਇਹ ਆ ਕਿ ਅਮਰੀਕਾ ਦੇ ਵਿੱਚ ਇਸ ਸਮੇਂ 20 ਤੋਂ 30 ਲੱਖ ਇਸ ਤਰ੍ਹਾਂ ਦਾ ਪ੍ਰਵਾਸੀ ਆ ਜਿਹੜਾ ਕਾਗਜ਼ਾਤ ਪੂਰੇ ਨਹੀਂ ਕਰਦਾ ਜਿਹੜਾ ਉਥੋਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਜਿਹਨੂੰ ਆਪਾਂ ਕਹਿ ਸਕਦੇ ਗੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਦਾ ਹੈ ਬਹੁਤ ਵੱਡਾ ਤਬਕਾ ਹੈ 20 ਤੋਂ 30 ਲੱਖ ਕੋਈ ਛੋਟਾ ਤਬਕਾ ਨਹੀਂ ਹੈ ਜਿਹਦੇ ਵਿੱਚ ਭਾਰਤੀ ਵੀ ਹੈ ਜਿਹੜੇ ਦੱਸਦੇ ਆ ਕਿ 3 ਤੋਂ 5 ਲੱਖ ਹੈ ਜਿਹੜੇ ਉਹ ਵੀ ਇਸ ਗਿਣਤੀ ਦੇ ਵਿੱਚ ਆਉਂਦੇ ਆ ਜੇ ਟਰੰਪ ਹੁਣ ਇਹ ਟਰੰਪ ਕਾਰਡ ਖੇਡਦਾ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਪਤਾ ਨਹੀਂ ਹੁਣ ਤੰਗੀਆਂ ਫੰਗੀਆਂ ਕਿ ਕਿਸ ਤਰ੍ਹਾਂ ਦੇ ফাঁਕੇ ਕਿਸ ਤਰ੍ਹਾਂ ਦੇ ਉਹ ਰਸਤੇ ਤੈਅ ਕਰਕੇ ਉੱਥੇ ਪਹੁੰਚੇ ਆ ਉਹਨਾਂ ਲਈ ਬਹੁਤ ਵੱਡਾ ਝਟਕਾ ਹੋਏਗਾ ਤੇ ਜੇਕਰ ਅੱਗੇ ਚੱਲ ਕੇ ਕਿਤੇ ਨਾ ਕਿਤੇ ਕੋਈ ਲਚਕੀਲਾਪਣ ਆਉਂਦਾ ਨੀਤੀਆਂ ਦੇ ਵਿੱਚ ਉਦਾਰਵਾਦੀ ਰਵਈਆ ਅਖਤਿਆਰ ਕਰ ਲੈਂਦਾ ਟਰੰਪ ਉਹਤੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਉਹ ਇਹ ਗੱਲ ਤਾਲ ਠੋਕ ਕੇ ਆਖਦਾ ਪਿਆ ਕਿ ਜੀ ਮੈਂ ਇਹਨਾਂ ਨੂੰ ਛੱਡਣਾ ਨਹੀਂ ਤਾਂ ਫੇਰ ਖਤਰੇ ਦੀ ਘੰਟੀ ਹੈ ਕਿਉਂਕਿ ਦੇਖੋ ਮੈਕਸੀਕੋ ਵਾਲੀ ਜਿਹੜੀ ਸਰਹੱਦ ਹੈ ਉਹਦੇ ਮਸਲੇ ਤੇ ਵੀ ਕਿਤੇ ਨਾ ਕਿਤੇ ਕੁਲਾਪਨ ਦਿਖਾਉਣਾ ਫੇਰ ਜਿਹੜੇ ਇੱਥੋਂ ਦੇ ਮੁਸਲਮਾਨ ਭਾਈਚਾਰੇ ਜਾਂ ਹੋਰ ਕਾਲੇ ਮੂਲ ਦੇ ਆ ਜਿਹੜੇ ਲੋਕ ਉਹਨਾਂ ਪ੍ਰਤੀ ਲਚਕੀਲਾ ਰਵਈਆ ਅਖਤਿਆਰ ਕਰਨਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੋ ਉਹਨੇ ਪਹਿਲਾਂ ਤਾਂ ਨਾ ਢੋਕੀਆਂ ਉਹਨਾਂ ਦੇ ਨਾਲੋਂ ਵੱਖਰਾ ਹੈ ਜੇ ਇਸ ਮੁੱਦੇ ਨੂੰ ਵੀ ਛੱਡਦਾ ਤੇ ਫਿਰ ਜਿਸ ਮੁੱਦੇ ਤੇ ਉਹ ਜਿੱਤਿਆ ਜੋ ਮੂਲਵਾਦੀ ਮੁੱਦਾ ਉਹਨੇ ਉਧਾਰਿਆ ਮੂਲਵਾਦ ਦਾ ਉਥੇ ਮੁੱਦਾ ਉਭਾਰਿਆ ਫਿਰ ਕਿਤੇ ਨਾ ਕਿਤੇ ਝੂਠਿਆਂ ਪੈ ਜਾਏਗਾ ਇਸ ਕਰਕੇ ਉਹਨੂੰ ਡਰਿਆ ਕਿ ਜਿਹੜੀ ਕਮਿਊਨਿਟੀ ਨੇ ਮੈਨੂੰ ਜਿਤਾਇਆ ਜਿਨ੍ਹਾਂ ਲੋਕਾਂ ਨੇ ਹਾਂ ਜਿਵੇਂ ਆਪਣੇਦਰ ਰਾਸ਼ਟਰਵਾਦ ਹੈ ਰਾਸ਼ਟਰਵਾਦ ਦੇ ਕਾਣੇ ਜਿਹੜੇ ਉਹ ਕੁੱਲ ਦੁਨੀਆ ਦੇ ਵਿੱਚ ਹੀ ਅੱਜਕੱਲ ਜਿਹੜੇ ਆ ਉਹ ਬੜੀ ਜ਼ਿਦਦਤ ਦੇ ਨਾਲ ਫੁੱਟਦੇ ਪਏ ਆ ਜਿਹੜੇ ਉਹ ਮੂਲਵਾਦੀ ਉਕੇ ਜਿਹੜੇ ਉਹ ਰਾਸ਼ਟਰਵਾਦੀ ਲੋਕ ਆ ਉਹ ਮੈਨੂੰ ਜਿਹੜਾ ਉਹ ਨਕਾਰ ਦੇ ਕੇ ਇਸ ਕਰਕੇ 트ੰਪ ਨੇ ਇਸ ਮੁੱਦੇ ਤੇ ਹੁਣ ਤੱਕ ਅਡੋਲਤਾ ਵਿਖਾਈ ਹੈ ਇਹ ਹੁਣ ਸਮਾਂ ਦੱਸੇਗਾ ਜਦੋਂ ਉਹ ਪੂਰੀ ਤਰ੍ਹਾਂ ਕੁਰਸੀ ਤੇ ਕਾਬਜ ਹੋ ਕੇ ਨੀਤੀਆਂ ਨੂੰ ਸੰਚਾਲਿਤ ਕਰੇਗਾ ਉਹ ਵੇਖਾਂਗੇ ਉਸ ਸਮੇਂ ਕਿ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਰੱਖਦਾ ਜੇ ਇਸੇ ਤਰ੍ਹਾਂ ਹੀ ਰਿਹਾ ਤੇ ਫੇਰ ਭਾਈ ਔਖਾ ਆ ਹਾਂ ਜੀ 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 ਬਿਲਕੁਲ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੋ ਜੀ ਤੁਸੀਂ ਸਾਡੇ ਨਾਲ ਜੁੜੇ ਨਾ ਖਬਰਾਂ ਬਾਰੇ ਸਾਨੂੰ ਵਿਸਤਾਰ ਚ ਜਾਣਕਾਰੀਆਂ ਦਿੱਤੀਆਂ ਅਗਲੇ ਬੁੱਢ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋ ਵੀ ਹੁਣ ਸਮਾਪਤ ਹੁੰਦਾ ਹੈ ਹੁਣ ਮੈਨੂੰ ਰਾਜ ਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੁੰਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ